हाँ जी, सत श्रीकाल जी। मैं थोड़ा वीर लौंगिया, पंजाबी रैपर, ते मैं कुछ थोड़े नाल गल्लां सांझियां करन आया। एक इंटरव्यू आ, बस इहदे विच क्वेश्चन जिहड़े आ कोई एंकर नहीं पुछ रिहा, इहदे विच क्वेश्चन थोड़े आ, ते थोड़े क्वेश्चनां दा मैं बहुत आसानी दे नाल जवाब दऊंगा। ते जो जो भी अज तक तुसीं क्वेश्चन मेरे नाल कीते आ जां थोड़े लई मेरे प्रति दिल दे विच सवाल वा पिया, आह आपां क्वेश्चन लौंगिए तो पुछांगे। मैं थोनों इस गल ये गल क्लीयर कर देना चाहुंदा आ भी आपां शुरुआत की अज तो 2 साल पहला थोड़े अगे मैं आया, जो भी तुसीं मैनू एक्सैप्ट किया है ना, तो मैं उस चीज़ नूं बहुत ज़्यादा रिस्पैक्ट करदा थोड़ी कि तुसीं मैनू एक मौका दिता, क्योंकि ये बहुत सुनहरा मौका हुंदा आ जदों किसी भी आर्टिस्ट नूं कोई भी अपनी पब्लिक जदों एक्सैप्ट करती आ, उस बंदे दा ਇਹ ਤੋਂ ਵੱਡਾ ਕੋਈ ਖੁਸ਼ੀ ਹੈ ਜੀ, ਤੋਂ ਖੁਸ਼ੀ ਦਾ ਵਾਲਾ ਦਿਨ ਨਹੀਂ ਹੁੰਦਾ, ਉਸ ਤੋਂ ਵੱਡਾ ਕੋਈ ਵੀ ਦਿਨ ਨਹੀਂ ਹੁੰਦਾ। ਕੁਐਸਚਨ ਮੇਰੇ ਵੀਰਾਂ ਦੇ ਇਹ ਰਹੇ ਕਈਆਂ ਦੇ ਕਿ ਲੌਂਗੀਆ ਜੀ ਤੁਹਾਡੇ ਟਰੈਕ ਬੋਹੇਮੀਆਂ ਦੇ ਨਾਲ ਨਹੀਂ ਆਏ, ਜਾਂ ਕੁਐਸਚਨ ਇਹ ਰਹੇ ਤੇ ਤੁਸੀਂ ਲੌਂਗੀਆ ਜੀ ਕਿਸੇ ਵੱਡੇ ਆਰਟਿਸਟ ਦੇ ਨਾਲ ਕਲੈਬ ਨਹੀਂ ਕੀਤੀ, ਜਾਂ ਤੇ ਤੁਸੀਂ ਸਟਾਰਟਿੰਗ ਦੇ ਵਿੱਚ ਸੈਂਸਰੀਅਰ ਗਾਣੇ ਨਹੀਂ ਦਿੱਤੇ, ਤੇ ਇਦਾਂ ਦੇ ਤੁਹਾਡੇ ਕੁਐਸਚਨ ਹੁੰਦੇ ਆ। ਇਹ ਵੀ ਕੁਐਸਚਨ ਆ ਵੀ ਲੌਂਗੀਆ ਤੂੰ ਫੇਮਸ ਹੋਇਆ ਜਾਂ ਤੇਰੇ ਗਾਣੇ ਮਾੜੇ ਮੋਟੇ ਤੈਨੂੰ ਆਪਾਂ ਲਾਈਕ ਕਰਦੇ, ਜਦੋਂ ਦਾ ਤੂੰ ਫੇਮਸ ਹੋਇਆ ਵੀ ਤੇਰਾ ਘਰ ਵੀ ਬਣ ਗਿਆ ਹੋਊਗਾ, ਵੀ ਤੂੰ ਕੋਠੀ ਪਾ ਲਈ ਹੋਊਗੀ, ਜਾਂ ਤੇਰੇ ਕੋਲ ਕਿੰਨੀ ਦੌਲਤ ਸ਼ੌਹਰਤ ਤੂੰ ਪੰਜਾਬੀ ਰੈਪ 'ਚੋਂ ਕਮਾਈ ਕੀਤੀ, ਜਾਂ ਕੁਛ ਵੀ। ਇਹ ਤੁਹਾਡੇ ਕੁਐਸਚਨ ਮੇਰੇ ਪ੍ਰਤੀ ਰਹੇ ਆ। ਮੈਂ ਪਹਿਲੀ ਗੱਲ ਇਹ ਕਹੂੰਗਾ ਵੀ ਮੇਰੀ ਅੱਜ ਤੱਕ ਉਸਤਾਦ ਦੇ ਨਾਲ ਬੋਹੇਮੀਆਂ ਦੇ ਨਾਲ ਕਲੈਬ ਇਸ ਕਰਕੇ ਨਹੀਂ ਆਈ ਕਿਉਂਕਿ ਮੇਰੇ ਕੋਲ ਉਸ ਨੂੰ ਦੇਣ ਲਈ ਇੰਨਾ ਪੈਸਾ ਨਹੀਂ ਸੀਗਾ, ਅਤੇ ਇਸ ਕਰਕੇ ਮੇਰੀ ਕਲੈਬ ਬੋਹੇਮੀਆਂ ਦੇ ਨਾਲ ਨਹੀਂ ਹੋ ਸਕੀ, ਕਿ ਜੋ ਕਿ ਮੈਂ ਵੀ ਡੀਲ ਆਪਣੇ ਵੱਲੋਂ ਰੱਖੀ ਸੀ, ਜੋ ਕਿ ਮੇਰੀ ਹੈਸੀਅਤ ਸੀਗੀ, ਅਤੇ ਉਸ ਨੂੰ ਅੱਗੇ ਨਕਾਰ ਦਿੱਤਾ ਸੀ ਵੀ ਨਹੀਂ, ਉਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਸੀਗਾ, ਵੀ ਉਸਤਾਦ ਜੀ ਨੇ ਉਸ ਚੀਜ਼ ਨੂੰ ਡੀਲ ਨੂੰ ਰਿਐਕਟ ਕਰ ਦਿੱਤਾ ਸੀ, ਅਤੇ ਆਪਣੀ ਕਲੈਬ ਉਹਨਾਂ ਦੇ ਨਾਲ ਨਹੀਂ ਹੋ ਸਕੀ। ਮੈਂ ਕਿਸੇ ਨੂੰ ਇਸ ਚੀਜ਼ ਦਾ ਦੋਸ਼ ਨਹੀਂ ਦਿੰਦਾ ਵੀ ਮੈਂ ਤੈਨੂੰ ਉਸਤਾਦ ਨੂੰ ਮੈਂ ਦੋਸ਼ ਦੇਵਾਂ ਵੀ ਮੇਰਾ ਤੁਸੀਂ ਸਾਥ ਨਹੀਂ। ਦੇਖੋ ਅੱਜ ਕੱਲ੍ਹ ਜਿਸ ਮਾਂ ਤੋਂ ਪੁੱਤ ਜੰਮਿਆ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਉਸ ਨੂੰ ਵੀ ਘਰੋਂ ਬਾਹਰ ਕੱਢ ਦਿੰਦੇ ਆ ਨਾ, ਕੋਈ ਸਾਡੀ ਮਦਦ ਕੋਈ ਨਹੀਂ ਕਰ ਸਕਦਾ, ਕਿਉਂਕਿ ਬਗੈਰ ਮਤਲਬ ਤੋਂ ਆਪਣਾ ਸਕਾ ਬ੍ਰਦਰ ਵੀ ਆਪਣੇ ਨਾਲ ਨਹੀਂ ਤੁਰਦਾ ਹੁੰਦਾ, ਕੋਈ ਵੀ ਕਿਸੇ ਦੀ ਮਦਦ ਕਿਉਂ ਕਰੂਗਾ, ਨਾਲੇ ਮੇਰੀ ਪਰਸਨਲ ਲਾਈਫ ਆ, ਉਹਨਾਂ ਦੀ ਪਰਸਨਲ ਕੋਈ ਕਿਸੇ ਦੀ ਮਦਦ ਨਹੀਂ ਕਰੂਗਾ, ਇਹ ਕਲੀਅਰ। ਅਤੇ ਨਾ ਮੈਂ ਕਦੀ ਕਿਸੇ ਤੋਂ ਮਦਦ ਦੀ ਆਸ ਰੱਖੀ ਆ, ਜਿਸ ਵੇਲੇ ਮੈਨੂੰ ਸਮੇਂ 'ਚ ਲੋੜ ਵੀ ਸੀਗੀ ਮਦਦ ਦੀ ਅਤੇ ਮੈਂ ਉਸ ਵੇਲੇ ਵੀ ਮਦਦ ਨਹੀਂ ਮੰਗੀ ਵੀ ਮੈਨੂੰ ਤੁਹਾਡੀ ਮਦਦ ਆ, ਵੀ ਮੈਨੂੰ ਲੋੜ ਨਹੀਂ ਕੀਤੀ, ਮੈਂ ਜਿੱਥੇ 10 ਸਾਲ ਲਾਏ ਜਿੱਥੇ ਤੱਕ ਆਉਣ ਲਈ, ਹੈ ਨਾ। ਅਤੇ ਇਸ ਚੀਜ਼ ਨੂੰ ਆਪਾਂ ਸੈਡ 'ਤੇ ਰਹਿਣ ਦਿੰਦੇ, ਇਸ ਚੀਜ਼ ਦਾ ਮੈਂ ਜਵਾਬ ਦੇ ਦਿੱਤਾ ਵੀ ਮੇਰੀ ਕਲੈਬ ਬੋਹੇਮੀਆਂ ਦੇ ਨਾਲ ਕਿਉਂ ਨਹੀਂ ਹੋ ਸਕੀ, ਡੀਲ ਨਹੀਂ ਪੂਰੀ ਹੋ ਸਕੀ, ਇਸ ਕਰਕੇ ਰਿਐਕਟ ਕਰ ਦਿੱਤੀ ਗਈ, ਉਹ ਆਪਣਾ ਜਿਹੜਾ ਪ੍ਰੋਜੈਕਟ ਸੀਗਾ ਉਹ ਰਿਐਕਟ ਕਰ ਦਿੱਤਾ ਗਿਆ, ਹੈ ਨਾ। ਅਤੇ ਤੁਹਾਨੂੰ ਵੀ ਪਤਾ ਹੀ ਵੀ ਮੇਰਾ ਫੈਨ ਟਰੈਕ ਵੀ ਸ਼ੇਅਰ ਨਹੀਂ ਸੀ ਕੀਤਾ, ਹੈ ਨਾ, ਕਿਸੇ ਨੇ, ਜਿਹਨਾਂ ਨੂੰ ਆਪਾਂ ਇਹ ਚੀਜ਼ ਦਾ ਮੈਂ ਤੁਹਾਨੂੰ ਜਵਾਬ ਦੇ ਚੁੱਕਾ। ਹੁਣ ਕੁਐਸਚਨ ਨੰਬਰ 2 ਵੀ ਲੌਂਗੀਆ ਤੇਰੇ ਕੋਲ ਕਿੰਨੀ ਜਾਇਦਾਦ ਆ ਵੀ ਤੂੰ ਕੋਠੀ ਪਾ ਲਈ ਹੋਊਗੀ ਜੋ ਜਾਂ ਤੇਰਾ ਹੈ। ਮੈਂ ਦੱਸਾਂ ਮਿੱਤਰੋ, ਮੈਂ ਚੰਡੀਗੜ੍ਹ ਦੇ ਵਿੱਚ ਆਪਣੇ ਫਰੈਂਡਾਂ ਕੋਲ ਰਹਿ ਰਿਹਾ, ਕਿਸੇ ਦੇ ਫਲੈਟ ਆਪਣੀ ਟੀਮ ਨੇ ਮੈਨੂੰ ਰੱਖਿਆ ਆ, ਟੀਮ ਦੇ ਨਾਲ ਮੈਂ ਰਹਿ ਰਿਹਾ ਹਾਂ, ਫਲੈਟ ਆ, ਫਲੈਟ ਦੇ ਵਿੱਚ ਸਾਰੇ ਜਿਹੜੇ ਭਰਾ ਆ ਆਪਣਾ ਸਾਥ ਦਿੰਦੇ ਆ, ਅਤੇ ਇੱਕ ਟੀਮ ਦੇ ਨਾਲ ਵਾ ਮੈਂ ਚੰਡੀਗੜ੍ਹ ਦੇ ਵਿੱਚ ਆਪਣਾ ਸਟਰਗਲ ਕਰ ਰਿਹਾ ਹਾਂ। ਅਤੇ ਜੇ ਰਹੀ ਮੇਰੇ ਘਰ ਦੀ ਗੱਲ, ਘਰ ਦੀ ਮੇਰੇ ਹਾਲਾਤ ਉਹੋ ਹੀ ਆ ਵੀ ਉਹੋ ਹੀ ਛੱਤਾਂ ਛੁੱਤਾਂ ਉੱਦਾਂ ਹੀ ਡਿੱਗੀਆਂ ਪਈਆਂ ਆ, ਅਤੇ ਉਹੀ ਮੇਰੇ ਘਰ ਦੇ ਹਾਲਾਤ ਨੇ, ਅਤੇ ਮੈਂ ਕੁਛ ਇੱਦਾਂ ਨਹੀਂ ਵੀ ਮੈਂ ਬਹੁਤ ਜ਼ਿਆਦਾ ਪੈਸਾ ਕਮਾਇਆ, ਮੈਨੂੰ ਨਹੀਂ ਪਤਾ ਲੱਗਾ ਮਿੱਤਰੋ ਵੀ ਮੈਂ ਕਿਵੇਂ ਪੰਜਾਬੀ ਰੈਪ ਕਰਦਾ ਕਰਦਾ ਇੱਕ ਕਮੇਡੀਅਨ ਦੇ ਵਿੱਚ ਚਲਾ ਗਿਆ, ਮੈਨੂੰ ਉਸ ਚੀਜ਼ ਤੋਂ ਮੈਨੂੰ ਪਤਾ ਹੀ ਨਹੀਂ ਲੱਗਾ ਉਸ ਸਮੇਂ ਦਾ, ਅਤੇ ਮੈਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ, ਕਮੇਡੀ ਨੂੰ ਮੈਂ ਐਕਸੈਪਟ ਨਹੀਂ ਕਰਦਾ, ਸਿਰਫ ਮੈਂ ਤੁਹਾਡੇ ਇੰਟਰਟੇਨ ਵਾਸਤੇ ਕਰਦਾ ਕਿਉਂਕਿ ਮੈਂ ਇੱਕ ਪੰਜਾਬੀ ਰੈਪਰ ਹਾਂ। ਅਗਰ ਬਾਈ ਜੇ ਮੈਨੂੰ ਦੁਨੀਆ ਨਹੀਂ ਪੰਜਾਬੀ ਰੈਪ ਦੇ ਵਿੱਚ ਐਕਸੈਪਟ ਕਰਦੀ ਤਾਂ ਮੈਂ ਇਸ ਚੀਜ਼ ਦਾ ਜਵਾਬ ਦਊਂਗਾ ਵੀ ਮੈਂ ਮੇਰੀ ਬੇਟੀ ਆ ਗੁਡੀਆ ਮੰਨਤ ਸੈਣੀ ਉਸਦਾ ਨਾਂ ਆ, ਅਤੇ ਜੇ ਮੈਂ ਨਹੀਂ ਪੂਰਾ ਕਰ ਸਕਿਆ ਪੰਜਾਬੀ ਰੈਪ ਦਾ ਅਹੁਦਾ ਨਹੀਂ ਲੈ ਸਕਿਆ, ਤਾਂ ਮੈਂ ਆਪਣੀ ਗੁਡੀਆ ਨੂੰ ਗਾਂਹ ਤਿਆਰ ਕਰੂੰਗਾ, ਜੋ ਵੀ ਮੇਰੀ ਗੁਡੀਆ ਮੇਰੀ ਥਾਂ ਸਾਂਭੂਗੀ ਪੰਜਾਬੀ ਰੈਪ ਦੇ ਵਿੱਚ, ਅਤੇ ਮੈਂ ਪੰਜਾਬੀ ਰੈਪ ਦਾ ਅਹੁਦਾ ਆਪਣੇ ਫੈਮਿਲੀ ਦੇ ਉੱਤੇ ਸੌਂਪਣਾ ਚਾਹੁੰਦਾ ਵੀ ਇੱਕ ਇਸ ਫੈਮਿਲੀ ਦੇ ਵਿੱਚ ਵੀ ਰੈਪਰ ਆ, ਇੱਕ ਹਿੱਪ ਹੋਪਰ ਆ ਜਿਹੜੇ ਦਿਲੋਂ ਫੋਲੋ ਕਰਦੇ ਆ, ਉਹ ਸਮੇਂ ਦਾ ਨਹੀਂ ਮੈਨੂੰ ਮਿੱਤਰੋ ਪਤਾ ਲੱਗਾ, ਅਤੇ ਗੱਲ ਮੈਂ ਕਰਦਾ ਸੀ ਘਰ ਦੀ, ਹੈ ਨਾ।
ਤੇ ਘਰ ਕੋਈ ਉਹੀ ਆਪਣਾ ਘਰ ਵਾ, ਪਿੰਡ ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਮਰਾਲਪੁਰ, ਛੋਟਾ ਜਿਹਾ ਮੇਰਾ ਪਿੰਡ ਵਾ ਅਤੇ ਛੋਟਾ ਜਿਹਾ ਮੇਰਾ ਘਰ ਵਾ, ਛੱਤਾਂ ਛੁੱਤਾਂ ਟੁੱਟੀਆਂ ਪਈਆਂ ਇੱਦਾਂ ਹੀ ਜੋ ਆ, ਕੱਪੜੇ ਨਹੀਂ ਦੇਖੀ ਦੇ ਹੁੰਦੇ, ਇਹਦਾ ਯਾਰ ਪ੍ਰੋਡਿਊਸਰਾਂ ਦਾ ਕੰਮ ਹੁੰਦੇ ਲੈ ਦਿੰਦੇ ਹੈ ਨਾ ਵਧੀਆ, ਅਤੇ ਕੱਪੜੇ ਕੁੱਪੜੇ ਦੇਖ ਕੇ ਜੱਜ ਨਹੀਂ ਕਰੀਦਾ ਹੁੰਦਾ, ਅਤੇ ਗੱਡੀ ਮੇਰੇ ਕੋਲ ਕੋਈ ਐਡੀ ਵੱਡੀ ਨਹੀਂ, ਉਸ ਟੀਮ 'ਚ ਤੁਹਾਨੂੰ ਪਤਾ ਮਾੜੀ ਮੋਟਾ ਆਪਾਂ ਵਰਕ ਕਰੀਦਾ, ਉਹ ਵੀ ਭਰਾਵਾਂ ਭਰੂਵਾਂ ਨੇ ਆਪਣਿਆਂ ਨੇ ਦਿੱਤੀ ਉਹ ਆ, ਅਤੇ ਆਹ ਮਕਾਨ ਦਾ ਰਹਿ ਗਿਆ, ਕੋਈ ਆਪਣਾ ਘਰ ਘੁਰ ਹਾਲੇ ਨਹੀਂ ਵਧੀਆ ਨਹੀਂ ਬਣ ਸਕਿਆ, ਜਾਂ ਮੇਰੇ ਕੋਲ ਜਾਂ ਮੈਂ ਉਸ ਟਾਈਮ ਸਮੇਂ ਦੇ ਵਿੱਚ ਵਾਇਰਲ ਹੋਇਆ ਜਿਸ ਸਮੇਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਮੈਨੂੰ ਨਹੀਂ ਹੋਣਾ ਚਾਹੀਦਾ ਸੀਗਾ, ਕਿ ਉਹ ਨਾਲ ਹੀ ਲੋਕਡਾਊਨ ਲੱਗ ਗਿਆ। ਸ਼ੋਅ ਬੜੇ ਵਧੀਆ ਬਹੁਤ ਸੋਹਣੇ ਸੀਗੇ, ਵੀ ਆਪਣੇ ਸ਼ੋਆਂ ਸ਼ੂਆਂ ਦਾ ਵੀ ਕੰਮ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਦੇਣ ਨਾਲ ਚੱਲਣ ਲੱਗ ਪਿਆ ਸੀ, ਅਤੇ ਆਹ ਲੋਕਡਾਊਨ ਕਰਕੇ ਉਹ ਵੀ ਪ੍ਰੋਬਲਮ ਆ। ਜੇ ਆਪਾਂ ਕਹੀਏ ਤੂੰ ਚਾਰ ਪੈਸੇ ਕਮਾਉਂਦਾ ਪੰਜਾਬੀ ਰੈਪ 'ਚੋਂ, ਮੈਂ ਮੰਨਦਾ ਵੀ ਚਲੋ ਪੈਸੇ ਥੋੜ੍ਹੇ ਬੰਦਾ ਕਮਾਉਂਦਾ, ਜੇ ਮੈਂ ਕਹਿੰਦਾ ਜੇ ਬੰਦਾ ਉਸ ਹਿਸਾਬ ਦਾ ਬੰਦਾ ਬੰਦੇ ਦਾ ਨਾਂ ਹੋ ਜਾਂਦਾ, ਉਸ ਹਿਸਾਬ ਦੇ ਨਾਲ ਬੰਦੇ ਦਾ ਅਹੁਦਾ ਹੋ ਜਾਂਦਾ ਆ, ਅਤੇ ਬੰਦੇ ਨੂੰ ਉਸ ਤਰ੍ਹਾਂ ਦੇ ਖਰਚੇ ਵੀ ਵੱਧ ਜਾਂਦੇ ਆ, ਅਤੇ ਮੇਨਟੇਨ ਕਰਨ ਵਾਸਤੇ ਆਪਾਂ ਡਰੈਸ ਤੋਂ ਸੈਂਸ ਨਹੀਂ ਕਰ ਸਕਦੇ ਬੰਦੇ ਨੇ ਵੀ ਇੰਨਾ ਡਰੈਸ ਵਧੀਆ ਪਾਈ ਆ, ਜਾਂ ਇਹਦੇ ਕੋਲ ਪੈਸਾ ਜ਼ਿਆਦਾ, ਇੱਦਾਂ ਦੀ ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ। ਇਸ ਲਾਈਨ ਦੇ ਵਿੱਚ ਆਪਣੀ ਜਿਹੜੀ ਈਮੇਜ ਆ, ਆਪਣੀ ਟੌਰ ਉਹ ਬਣਾ ਕੇ ਰੱਖਣੀ ਪੈਂਦੀ ਹੈ, ਚਾਹੇ ਤੁਸੀਂ ਪੈਸਾ ਵਿਆਜ 'ਤੇ ਲੈ ਕੇ ਆਪਣੀ ਟੌਰ ਕਾਇਮ ਕਰਕੇ ਰੱਖੋ, ਚਾਹੇ ਤੁਸੀਂ ਆਪਣੇ ਕੰਮ 'ਚੋਂ ਪੈਸੇ ਕਮਾਓ। ਤੁਹਾਨੂੰ ਮੇਨ ਗੱਲ ਇਹ ਹੁੰਦੀ ਆ ਵੀ ਤੁਹਾਨੂੰ ਆਪਣਾ ਜੋ ਵੀ ਆ ਗੈਟਅਪ ਉਹਦੇ 'ਤੇ ਪੈਸਾ ਲਾਉਣਾ ਪੈਂਦਾ, ਇਹ ਇੱਕ ਮਜ਼ਬੂਰੀ ਹੁੰਦੀ ਆਰਟਿਸਟ ਦੀ। ਅਤੇ ਘਰ ਵਾਲੀ ਗੱਲ ਦਾ ਵੀ ਤੁਹਾਨੂੰ ਮੈਂ ਜਵਾਬ ਦੇ ਦਿੱਤਾ ਵੀ ਕੋਈ ਆਪਣੇ ਕੋਈ ਐਡੀ ਕੋਠੀ ਨਹੀਂ, ਤੁਸੀਂ ਫੇਕ ਨਿਊਜ਼ਾਂ ਦੇ ਵਿੱਚ ਬਥੇਰਾ ਦੇਖਿਆ ਹੋਣਾ, ਲੌਂਗੀਏ ਨੇ ਕੋਠੀ ਪਾ ਲਈ ਜਾਂ ਇੰਨਾ ਪੈਸਾ ਆ ਗਿਆ ਮੇਰੇ ਕੋਲ, ਕੋਈ ਇੱਦਾਂ ਦੀ ਗੱਲ ਨਹੀਂ ਹੋ। ਇਹ ਦੂਜਾ ਸਵਾਲ ਸੀ, ਲਾਸਟ ਅਤੇ ਤੀਜਾ ਕੁਐਸਚਨ ਮੈਂ ਉਹਦਾ ਜਵਾਬ ਦਿੰਦਾ ਵੀ ਤੂੰ ਆਇਆ ਸੀ ਵੀ ਮੈਂ ਪੰਜਾਬੀ ਰੈਪ, ਦੇਖੋ ਆਪਾਂ ਇੱਕ ਮੇਰੇ ਕੋਲ ਕੋਈ ਪਲੇਟਫਾਰਮ ਨਹੀਂ ਸੀਗਾ ਵੀ ਮੈਂ ਜਿੱਥੇ ਆਪਾਂ ਨੂੰ ਤੁਹਾਨੂੰ ਮੈਂ ਦੱਸ ਸਕਦਾ ਵੀ ਮੈਂ ਰੈਪਰ ਹਾਂ। ਆਪਾਂ ਟਿਕਟੋਕ 'ਤੇ ਸ਼ੁਰੂਆਤ ਕੀਤੀ, ਤੁਹਾਨੂੰ ਪਤਾ ਮੈਨੂੰ ਉਹ ਚੀਜ਼ ਨੂੰ ਮੈਂ ਭੁੱਲਦਾ ਨਹੀਂ, ਹੈ ਨਾ, ਚਲੋ ਭੰਡਣਾ ਨਹੀਂ ਚਾਹੀਦਾ, ਜਿੱਥੋਂ ਸ਼ੁਰੂਆਤ ਹੋਵੇ ਮੈਂ ਰਿਸਪੈਕਟ ਕਰਦਾ, ਚਲੋ ਛੋਟਾ ਜਿਹਾ ਪਲੇਟਫਾਰਮ ਸੀਗਾ ਉਹ, ਅਤੇ ਮੈਂ ਉਹਦੇ 'ਤੇ ਆਇਆ ਅਤੇ ਉੱਥੇ ਤੁਸੀਂ ਜਾਂ ਵਧੀਆ ਗਾ ਸਕਦੇ ਆ ਜਾਂ ਬਹੁਤ ਬੈਟ ਗਾ ਸਕਦੇ ਆ, ਅਤੇ ਮੈਂ ਬਹੁਤ ਬੈਟ ਖਰਾ ਗਾਉਣ ਵਾਲਾ ਤਾਂ ਨਹੀਂ ਸੀਗਾ, ਬਹੁਤ ਬੈਟ ਗਾਇਆ, ਉਹ ਤੁਸੀਂ ਕਮੇਡੀ ਵੱਲ ਨੂੰ ਉਹਨੂੰ ਲੈ ਕੇ ਗਏ, ਹੈ ਨਾ, ਅਤੇ ਮੈਂ ਉਸ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਹਾਂ ਵੀ ਤੁਸੀਂ ਮੈਨੂੰ ਲਾਈਕ ਕੀਤਾ, ਮੈਨੂੰ ਅੱਗੇ ਆਉਣ ਦਾ ਮੌਕਾ ਮਿਲਿਆ। ਪਰ ਇਹ ਸਮਾਂ ਹੁਣ ਉਹ 'ਚ ਆ ਚੁੱਕਿਆ ਆ ਵੀ ਆਪਾਂ ਜੋ ਆਪਣੇ 'ਚ ਅਸਲੀ ਟੈਲੈਂਟ ਆ, ਜਿਸ ਨੂੰ ਮੈਂ 10 ਸਾਲਾਂ ਤੋਂ ਆਪਣੇ ਦਿਲ 'ਚ ਦਬਾਏ ਰੱਖਿਆ ਵੀ ਮੈਂ ਉਹ ਤੁਹਾਡੇ ਅੱਗੇ ਸ਼ੇਅਰ ਕਰਾਂ, ਵੀ ਮੈਂ ਮੇਰਾ ਇੱਕ ਬਹੁਤ ਜ਼ਿਆਦਾ ਸ਼ੌਂਕ ਸੀਗਾ, ਏਮ ਸੀਗਾ ਮੇਰਾ ਵੀ ਮੈਂ ਇੱਕ ਬੈਸਟ ਪੰਜਾਬੀ ਰੈਪਰ ਬਣਾ। ਮੈਨੂੰ ਨਹੀਂ ਪਤਾ ਲੱਗਾ ਵੀ ਉਹ ਕਮੇਡੀ ਨੇ ਕੀ ਸਰਕਲ ਘੁਮਾਇਆ ਵੀ ਮੈਨੂੰ ਇੱਕ ਉਸ 'ਤੇ ਮੂਡ 'ਤੇ ਆਉਣਾ ਪਿਆ, ਹੈ ਨਾ, ਉਹ ਜੋ ਵੀ ਹੋਇਆ ਅਤੇ ਵਧੀਆ ਹੋਇਆ, ਖੈਰ ਜੋ ਵੀ ਆ ਵੀ, ਪਰ ਸਮਾਂ ਹੁਣ ਇਹ ਆਇਆ ਵੀ ਅਸਲੀ ਜੋ ਆਪਾਂ ਹੈਗੇ ਹਾਂ ਉਹ ਤੁਹਾਨੂੰ ਦਿਖਾਉਣ ਦਾ, ਅਤੇ ਮੈਂ ਇੱਕ ਮੇਰਾ ਟਰੈਕ ਆ ਰਿਹਾ ਪੈਸਾ, ਅਤੇ ਸ਼ਾਇਰ ਟਰੈਕ, ਅਤੇ ਹੋਰ ਵੀ ਬਹੁਤ ਮੈਂ ਟਰੈਕ ਹੌਲੀ ਹੌਲੀ ਨੱਚ, ਤੁਹਾਨੂੰ ਪਤਾ ਇੱਕ ਸਾਲ ਦੇ ਵਿੱਚ 20 ਟਰੈਕ ਦਿੱਤੇ ਆ ਮੈਂ, ਅਤੇ ਪਰਮਾਤਮਾ ਭਲਾ ਕਰੇ ਵੀ 4 ਟਰੈਕ ਆਪਣੇ ਹੋਰ ਰੈਡੀ ਪਏ ਆ। ਮੈਂ ਹਰੇਕ ਮਹੀਨੇ ਦੇ ਵਿੱਚ ਇੱਕ ਟਰੈਕ ਤੁਹਾਡੀ ਸਪੋਰਟ ਦੇ ਨਾਲ ਮੈਂ ਦਿੰਦਾ ਹੀ ਹਾਂ, ਅਤੇ ਮੈਂ ਦਊਂਗਾ ਹਮੇਸ਼ਾ ਟਰੈਕ। ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਬੈਸਟ ਰੈਪਰ ਦੀ ਨਿਗਾਹ ਨਾਲ ਜ਼ਿਆਦਾ ਦੇਖਣ, ਅਤੇ ਮੇਰਾ ਵੀਰ ਤੁਹਾਨੂੰ ਵੀ ਵਧੀਆ ਲੱਗੂਗਾ ਮੇਰੀ ਲੁੱਕ ਦੇ ਹਿਸਾਬ ਨਾਲ, ਮੇਰੀ ਗੱਲਬਾਤ ਦੇ ਹਿਸਾਬ ਨਾਲ ਤੁਹਾਨੂੰ ਵੀ, ਅਗਰ ਤੁਸੀਂ ਰੈਪਰ ਦੇਖੋਗੇ ਮੈਨੂੰ ਵਧੀਆ ਲੱਗੂਗਾ। ਅਗਰ ਤੁਸੀਂ ਜੋ ਮੈਨੂੰ ਦੇਖਣਾ ਚਾਹੋਗੇ ਮੈਂ ਤੁਹਾਨੂੰ ਉਹ ਹੀ ਦਿਖਾਊਂਗਾ ਜਿੱਦਾਂ ਤੁਸੀਂ ਚਾਹੋਗੇ, ਅਤੇ ਕੋਈ ਇੱਦਾਂ ਦੀ ਗੱਲ ਨਹੀਂ ਹੋ ਵੀ ਬਹੁਤ ਮੇਰੇ ਕੋਲ ਪੈਸਾ ਆ ਗਿਆ ਜਾਂ ਮੈਂ ਘਮੰਡ ਮੈਂ ਕਰਨ ਲੱਗ ਪਿਆ, ਕੋਈ ਇੱਦਾਂ ਦੇ ਵੀ ਸਵਾਲ ਨਹੀਂ ਯਾਰ। ਮੈਂ ਕੋਈ ਕਦੀ ਦੋ ਰੁਪਏ ਦਾ ਵੀ ਕਿਸੇ ਦੇ ਨਾਲ ਘਮੰਡ ਨਹੀਂ ਕੀਤਾ, ਅਤੇ ਪਰਮਾਤਮਾ ਹਮੇਸ਼ਾ ਘਮੰਡ ਤੋਂ ਬਚਾ ਕੇ ਰੱਖੇ, ਅਤੇ ਮੈਂ ਕੋਸ਼ਿਸ਼ ਕੀਤੀ ਆ ਵੀ ਆਪਾਂ ਮੈਨੂੰ ਪਤਾ ਵੀ ਜਿਹੜੇ ਮੁੰਡੇ ਮੈਨੂੰ ਫੋਲੋ ਕਰਦੇ ਆ, ਜਿਹੜੇ ਦੇਖਦੇ ਆ ਮੈਨੂੰ, ਦੇਖਣ ਵਾਲੇ ਬਹੁਤ ਘੱਟ ਉਮਰ ਵਾਲੇ ਮੁੰਡੇ ਆ, ਜਿਹੜੇ ਮੈਨੂੰ ਘੱਟ ਉਮਰ ਵਾਲੇ ਮੁੰਡੇ ਫੋਲੋ ਕਰਦੇ ਆ, ਮੈਂ ਇਹ ਕਹਿੰਦਾ ਹੁੰਦਾ ਮੇਰੇ ਤੋਂ ਵੀ ਜ਼ਿਆਦਾ ਹਿੱਟ ਮੇਰੇ ਫੈਨ ਅਤੇ ਭਰਾ ਹੁੰਦੇ ਆ ਨਾ, ਮੈਨੂੰ ਘੱਟ ਉਮਰ ਵਾਲੇ ਲੋਕ ਜ਼ਿਆਦਾ ਸੁਣਦੇ ਆ, ਮੈਨੂੰ ਉਹਨਾਂ ਦੀ ਜ਼ਿਆਦਾ ਸਪੋਰਟ ਵਾ, ਅਤੇ ਮੈਨੂੰ ਚਲੋ ਸਿਆਣੇ ਬੰਦਿਆਂ ਦੀ ਵੀ ਸਪੋਰਟ ਆ, ਹਮੇਸ਼ਾ ਮੈਂ ਮੋਟੀਵੇਟ ਹਰੇਕ ਦੀ ਲਾਈਫ ਨੂੰ ਮੈਂ ਹਮੇਸ਼ਾ ਮੋਟੀਵੇਟ ਕੀਤਾ ਵੀ ਕੋਈ ਵੀ ਆਪਣੀ ਲਾਈਫ ਤੋਂ ਹਾਰੇ ਨਾ। ਲਾਈਫ ਜਿਹੜੀ ਹੈ ਇੱਕ ਬਲੈਕ ਵਰਕ ਵਾ, ਇਹ ਕਾਲਾ ਕੰਮ ਲਾਈਫ ਨੂੰ ਆਪਾਂ ਕਹਿ ਸਕਦੇ ਹਾਂ, ਅਤੇ ਪਰਮਾਤਮਾ ਨੇ ਸਾਨੂੰ ਦਿੱਤੀ ਹੋਈ ਆ, ਆਪਾਂ ਵਧੀਆ ਹੰਡਾਈਏ। ਅਤੇ ਬਾਕੀ ਰਹੀ ਗੱਲ ਪੈਸਾ ਸੌਂਗ ਦੀ, ਪੈਸਾ ਸੌਂਗ ਬਹੁਤ ਛੇਤੀ ਰਿਲੀਜ਼ ਹੋ ਰਿਹਾ ਆ, ਤੁਹਾਡੀ ਸਪੋਰਟ ਦੇ ਨਾਲ ਸਾਰਾ ਕੁਛ ਹੋਣਾ ਆ, ਅਤੇ ਮੈਂ ਇਹ ਕਹੂੰਗਾ ਵੀ ਮੈਨੂੰ ਇੱਕ ਪੰਜਾਬੀ ਰੈਪ ਵਾਸਤੇ ਐਕਸੈਪਟ ਕੀਤਾ ਜਾਵੇ।
अगर अपने को कुछ थोनू अपने लिए कुछ गलत लगता वो आप सॉरी फील करा तो बहुत हो चुका यार। मैं आपू थोड़े गल् यह शेयर करना चाहता सगा तो मेरे वीर वो तो वीडियो में शेयर करो तो मेरे भरावान को सारिया को वीडियो यह पहुँचे। बाकी मैं नवा नवा आया मैनू कुछ नहीं सी आता, लोग कहें मैनू फेक मुंडा रैप किमें गाँव यार, हौली हौली होया लोहा लैन लई ते यार हिट करके ट्रैक मैंने बेस दिती पहाड़। अज बूफर च मैं दसो थोड़ा की ख्याल, बार स्टूडियो दे मैंने पहला बड़े हाथ जोड़े वो भालते सी फुटे मिली गल कि गोले होके चौड़े, वह मैनू कहते तेरी की औकात। मैं क्या हीरा भी कोलिया चो मिलता जनाब पंजाबी रैप स्टार। लव यू सारिया नू ते प्यार देना इदा ही, तो थोड़ी पैसे गाने की तैयारी कर लो। लव यू सारिया नू, लव यू आप।